ਕੀ ਮੈਂ ਬਗੀਚੇ ਦੀ ਰਹਿਣ ਖੂਨ ਨੂੰ ਜਾਂ ਕੂੜਾ ਕਰਕਟ ਸਾੜ ਸਕਦਾ ਹਾਂ? ਫਾਇਰ ਡੇਂਜਰ ਪੀਰੀਅਡ ਦੌਰਾਨ ਮੈਂ ਕੁਝ ਵੀ ਸਾੜ ਨਹੀਂ ਸਕਦਾ ਜਦੋਂ ਤੱਕ ਮੇਰੇ ਕੋਲ ਲਿਖਤੀ ਪਰਮਿਟ ਨਹੀਂ ਹੈ ਅਤੇ ਉਸ ਪਰਮਿਟ ਤੇ ਮੌਜੂਦਾ ਹਰ ਸ਼ਰਤ ਦੀ ਪਾਲਣਾ ਨਹੀਂ ਕਰਦਾ ਹਾਂ। ਇੱਕ ਵਿਅਕਤੀ ਅੱਗ ਕੋਲ ਹਰ ਸਮੇਂ ਮੌਜੂਦ ਹੋਣਾ ਚਾਹੀਦਾ ਹੈ ਅਤੇ ਮੈਨੂੰ ਜਾਣ ਤੋਂ ਪਹਿਲਾਂ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਦੀ ਲੋੜ ਹੈ। ਟੋਟਲ ਫਾਇਰ ਬੈਨ ਡੇਜ਼ ਦੌਰਾਨ ਮੈਂ ਬਿਲਕੁਲ ਵੀ ਅੱਗ ਨਹੀਂ ਬਾਲ ਸਕਦਾ ਭਾਵੇਂ ਮੇਰੇ ਕੋਲ ਪਹਿਲਾਂ ਹੀ ਪਰਮਿਟ ਹੋਵੇ। ਸਾਰੀਆਂ ਅੱਗਾਂ ਤੇ ਸਖਤੀ ਨਾਲ ਪਾਬੰਦੀ ਲਾਗੂ ਹੈ। cfa.vic.gov.au/languages ਤੇ ਜਾ ਕੇ ਕੁਝ ਸਾੜਨ ਅਤੇ ਨਿਯਮਾਂ ਦੀ ਪਾਲਣਾ ਕਿਵੇਂ ਕਰਨੀ ਹੈ ਇਸ ਬਾਰੇ ਹੋਰ ਜਾਣੋ।